ਸਰਦਾਰ ਦਵਿੰਦਰਪਾਲ ਸਿੰਘ ਜੋ ਲੰਮੇ ਸਮੇਂ ਤੋਂ ਜੇਲ੍ਹ 'ਚ ਹਨ ਔਰ ਆਪਣੀ ਜੇਲ੍ਹ ਦੀ ਪੂਰੀ ਜਿਹੜੀ ਯਾਤਰਾ ਸੀ ਉਹ ਪੂਰੀ ਖਤਮ ਕਰ ਚੁੱਕੇ ਹਨ। ਪਤਾ ਨਹੀਂ ਕੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਜੋ ਦਿੱਲੀ ਦੇ ਚੀਫ ਮਿਨਿਸਟਰ ਹਨ ਉਹ ਉਹਨਾਂ ਦੇ ਦਸਖਤ ਹੋਣੇ ਆ, ਜੋ ਤਾਈ ਉਹਨਾਂ ਦੇ ਦਸਖਤ ਨਹੀਂ ਹੁੰਦੇ ਉਹ ਰਿਲੀਜ਼ ਨਹੀਂ ਹੁੰਦੇ। ਇਸਕੇ ਉੱਪਰ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰ ਰਹੇ ਹਨ, ਐਸੇ ਮਾਮਲੋਂ ਪੇ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਏ, ਇਸਕੀ ਹਮ ਕੜੀ ਨਿੰਦਾ ਕਰਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਛੇਤੀ ਫੈਸਲਾ ਲੈਣ ਦੀ ਗੁਜ਼ਾਰਿਸ਼ ਕੀਤੀ ਸੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 1993 ਵਿੱਚ ਦਿੱਲੀ ਵਿੱਚ ਹੋਏ ਬਲਾਸਟ ਵਿੱਚ ਦੋਸ਼ੀ ਠਹਿਰਾਏ ਗਏ ਸਨ। ਇਸ ਘਟਨਾ ਵਿੱਚ ਤਤਕਾਲੀ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵੀ ਜ਼ਖਮੀ ਹੋ ਗਏ ਸਨ ਅਤੇ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ। ਸੁਪਰੀਮ ਕੋਰਟ ਨੇ 2014 ਵਿੱਚ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਭੁੱਲਰ ਨੂੰ 2015 ਵਿੱਚ ਮਾੜੀ ਸਿਹਤ ਦੇ ਆਧਾਰ 'ਤੇ ਅੰਮ੍ਰਿਤਸਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। 23 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਬਾਰੇ ਸਹਿਮਤੀ ਦੇ ਦਿੱਤੀ ਗਈ ਹੈ ਅਤੇ ਹੁਣ ਫਾਈਲ ਅਰਵਿੰਦ ਕੇਜਰੀਵਾਲ ਦੇ ਕੋਲ ਹੈ। ਇਸੇ ਮਸਲੇ ਬਾਰੇ ਪੁੱਛੇ ਜਾਣ 'ਤੇ ਅਰਵਿੰਦ ਕੇਜਰੀਵਾਲ ਨੇ ਇਹ ਜਵਾਬ ਦਿੱਤਾ। ਭੁੱਲਰ ਸਾਹਿਬ ਕੀ ਦੇਖੀਏ ਜੀ, ਐਸਾ ਹੈ, ਇਹ ਬੜਾ ਸੈਂਸਿਟਿਵ ਮਾਮਲਾ ਹੈ। ਇਸਕੇ ਉੱਪਰ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰ ਰਹੇ ਹਨ, ਐਸੇ ਮਾਮਲੋਂ ਪੇ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਏ, ਇਸਕੀ ਹਮ ਕੜੀ ਨਿੰਦਾ ਕਰਤੇ ਹੈ। ਇਹ ਮਾਮਲਾ ਇੱਕ ਕਮੇਟੀ ਹੈ, ਸੈਂਟੈਂਸ ਰਿਵਿਊ ਬੋਰਡ, SRB ਕੇ ਅੰਦਰ ਜੱਜ ਵੀ ਹੋਤੇ ਹੈ, ਪੁਲਿਸ ਆਫਿਸਰਸ ਹੋਤੇ ਹੈ, ਸੈਕਰੇਟਰੀਜ਼ ਹੋਤੇ ਹੈ, ਵੋ ਇੱਕ ਕਈ ਲੋਗੋਂ ਕੀ ਕਮੇਟੀ ਹੋਤੀ ਹੈ। ਤੋ ਜਿਤਨੇ ਵੀ ਮਾਮਲੇ ਸਜ਼ਾ ਕਮ ਕਰਨੇ ਕੇ, ਕਿਸੀ ਕੀ ਰਿਹਾਈ ਕੇ ਯਾ ਸਜ਼ਾ ਮਾਫ ਕਰਨੇ ਕੇ ਹੋਤੇ ਹੈ, ਵੋ ਸਾਰੇ ਮਾਮਲੇ ਇਸ ਕਮੇਟੀ ਕੇ ਸਾਹਮਣੇ ਆਤੇ ਹੈ। ਯੇ ਕਮੇਟੀ ਆਪਣੀ ਡੈਲੀਬਰੇਸ਼ਨਸ ਕਰਕੇ ਵੋ ਨਿਰਣੇ ਦੇਤੀ ਹੈ, ਇਸਮੇ ਜੈਸੇ ਮੈਨੇ ਬਤਾਇਆ ਜੱਜ ਵੀ ਹੋਤੇ ਹੈ, ਇਸਮੇ ਮੇਰੀ ਕੁਛ ਨਹੀਂ ਚਲਤੀ। ਉਸ ਕਮੇਟੀ ਕੋ ਫੈਸਲਾ ਲੈਣੇ ਕੇ ਬਾਅਦ ਯੇ ਫਾਈਲ ਸਿੱਧੇ LG ਸਾਹਿਬ ਕੇ ਪਾਸ ਜਾਏਗੀ, LG ਸਾਹਿਬ ਨੇ ਇਸ ਪੇ ਫਾਈਨਲ ਨਿਰਣੇ ਲੈਣਾ ਹੋਤਾ ਹੈ। ਇੱਕ ਮਿੰਟ ਯਾਰ, ਇੱਕ ਮਿੰਟ ਬੋਲਨੇ ਦੋ। ਤੋ ਅਬ ਯੇ ਇਸ਼ੂ ਯੇ ਹੈ, ਮੇਰਾ ਜੋ ਅਬ ਮੇਰੇ ਹੱਥ ਮੇ ਜੋ ਹੈ, ਮੈਨੇ ਹੋਮ ਸੈਕ ਜਬ ਮੇਰੇ ਕੋ ਪਤਾ ਚਲਾ, ਮੈਨੇ ਹੋਮ ਸੈਕਰੇਟਰੀ ਕੋ ਫੋਨ ਕਰਕੇ ਬੋਲਾ ਹੈ ਕਿ ਬਈ ਇਸ ਕਮੇਟੀ ਕੀ ਤੁਰੰਤ ਮੀਟਿੰਗ ਕਰਾਓ, ਜਲਦੀ ਸੇ ਜਲਦੀ ਜੋ ਹੋ ਸਕਤਾ ਹੈ ਮੀਟਿੰਗ ਕਰਾਓ। ਅੱਜ ਕੱਲ੍ਹ ਕਰੋਨਾ ਵੀ ਬਹੁਤ ਫੈਲਾ ਹੋਇਆ, ਕਿਸ ਬਤਾਇਆ ਇੱਕ ਆਧ ਕੋ ਮੈਂਬਰ ਕੋ ਕਰੋਨਾ, ਲੇਕਿਨ ਮੈਨੇ ਕਿਹਾ ਜੋ ਵੀ ਹੈ ਜਿਤਨੀ ਜਲਦੀ ਸੇ ਜਲਦੀ ਮੀਟਿੰਗ ਕਰਾ ਕੇ ਔਰ ਜੋ ਵੀ ਨਿਰਣੈ ਹੋਤਾ ਇਸ ਕਮੇਟੀ ਕਾ, ਉਹ ਨਿਰਣੈ ਤੁਰੰਤ LG ਸਾਹਿਬ ਕੇ ਪਾਸ ਪੁੱਟ ਅਪ ਕਰੋ, ਤੋ ਜੋ ਵੀ ਨਿਰਣੈ ਹੋਗਾ ਮੈਂ ਆਪ ਲੋਗੋ ਕੋ ਬਤਾ ਦੂੰਗਾ। ਚਲੋ ਆਓ ਸੁਣਦੇ ਹਾਂ ਕਿ 23 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਿਹਾ ਸੀ। ਅੱਜ ਇੱਕ ਬਹੁਤ ਵੱਡਾ ਮਸਲਾ ਦੇਸ਼ ਦੇ ਸਾਹਮਣੇ ਹੈ, ਖਾਸ ਕਰਕੇ ਜਿਹਦਾ ਪੰਜਾਬ ਨਾਲ ਬਹੁਤ ਤਲਕ ਹੈ, ਉਹ ਹੈ ਸਰਦਾਰ ਦਵਿੰਦਰਪਾਲ ਸਿੰਘ ਜੋ ਲੰਮੇ ਸਮੇਂ ਤੋਂ ਜੇਲ੍ਹ 'ਚ ਹਨ ਔਰ ਆਪਣੀ ਜੇਲ੍ਹ ਦੀ ਪੂਰੀ ਜਿਹੜੀ ਯਾਤਰਾ ਸੀ ਉਹ ਪੂਰੀ ਖਤਮ ਕਰ ਚੁੱਕੇ ਹਨ ਅਤੇ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਸੈਂਟਰ ਗੌਰਮੈਂਟ ਨੇ ਵੀ ਅਪਰੂਵ ਕਰ ਦਿੱਤੀ ਹੈ ਅਤੇ ਜੁਡੀਸ਼ਰੀ ਨੇ ਵੀ ਅਪਰੂਵ ਕਰ ਦਿੱਤੀ ਹੈ। ਪਤਾ ਨਹੀਂ ਕੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਜੋ ਦਿੱਲੀ ਦੇ ਚੀਫ ਮਿਨਿਸਟਰ ਹਨ ਉਹ ਉਹਨਾਂ ਦੇ ਦਸਖਤ ਹੋਣੇ ਆ, ਜੋ ਤਾਈ ਉਹਨਾਂ ਦੇ ਦਸਖਤ ਨਹੀਂ ਹੁੰਦੇ ਉਹ ਰਿਲੀਜ਼ ਨਹੀਂ ਹੁੰਦੇ।
ਔਰ ਪਤਾ ਨਹੀਂ ਇਹ ਕਿਉਂ ਰੋਕੀ ਬੈਠੇ ਹੈ, ਜਦੋਂ ਸਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਸਾਰੀ ਜੁਡੀਸ਼ੀਅਲ ਅਤੇ ਗੌਰਮੈਂਟਲ ਜਿਹੜੀਆਂ ਕਲੀਅਰੈਂਸਿਸ ਹੋ ਗਈਆਂ ਸੈਂਟਰ ਗੌਰਮੈਂਟ ਦੀਆਂ, ਤਾਂ ਉਹਨਾਂ ਨੂੰ ਇਸ ਚੀਜ਼ 'ਤੇ ਪੈਂਡਿੰਗ ਰੱਖਣਾ, ਇਹ ਕੋਈ ਦੇਸ਼ ਜਾਂ ਪੰਜਾਬ ਦੇ ਹਿੱਤ ਨਹੀਂ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਬਹੁਤ ਇਮੋਸ਼ਨਲ ਜਿਹਾ ਮਸਲਾ ਹੈ ਔਰ ਇਹਦੇ 'ਚ ਉਹਨਾਂ ਨੂੰ ਰੁਕਾਵਟ ਨਹੀਂ ਬਣਨੀ ਚਾਹੀਦੀ। ਮੈਂ ਕੇਸਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਤੁਰਤ ਇਸ ਵਕਤ ਆਪ ਧਿਆਨ ਦੇ ਕੇ ਉਹ ਫਾਈਲ ਕਲੀਅਰ ਕਰਨ, ਤਾਂ ਕਿ ਲੰਮੇ ਸਮੇਂ ਬਾਅਦ ਸਰਦਾਰ ਦਵਿੰਦਰਪਾਲ ਸਿੰਘ ਬਾਹਰ ਦੀ ਖੁੱਲ੍ਹੀ ਹਵਾ ਦੇਖ ਸਕਣ ਔਰ ਆਪਣੇ ਮਿੱਤਰ ਪਿਆਰਿਆਂ ਨੂੰ, ਫੈਮਿਲੀ ਨੂੰ ਮਿਲ ਸਕਣ।